ਰੱਬ ਤੇ ਰਸੂਲ ਦੀ ਮਦਦ ਲੋੜ ਕੇ ਤੇਰੇ ਨੂੰ ਇਹਦਾ ਹਾਲ ਮੈਂ ਸੁਣਾਵਾਂ ਜੋੜ ਕੇ। ਸੰਨ 57 ਦੇ ਨੇ ਐਤਵਾਰ ਸੀ, 14 ਸਚੰਨ ਦੀ ਤਰੀਕ 4 ਸੀ, ਉਧਰੋਂ 29 ਦਿਨ ਸੀ ਸਤੰਬਰੋਂ। ਚੱਲੀਏ ਲਾਹੌਰੋਂ ਗੱਡੀ 4 ਲੰਬਰੋਂ, ਖਾੜ ਕੇ ਕਰਾਚੀ ਮੇਰੀ ਚੀਕਾਂ ਮਾਰੀਆਂ, ਆਖੇ ਉਹਦੇ ਉੱਤੇ ਬਹਿ ਗਈਆਂ ਸਵਾਰੀਆਂ। ਜਿਹਨੂੰ ਜਿਹਨੂੰ ਮੌਤ ਨੇ ਆਵਾਜ਼ਾਂ ਮਾਰੀਆਂ, ਜਿਹਨਾਂ ਦੀਆਂ ਮੌਤਾਂ ਨਜ਼ਦੀਕ ਡਿੱਠੀਆਂ, ਉਹਨਾਂ ਹੱਥ ਮੌਤ ਨੇ ਫੜਾਈਆਂ ਚਿੱਠੀਆਂ। 20 ਮਿੰਟ ਹੋ ਗਏ ਨੇ 8 ਵੱਜ ਕੇ, ਚੜ ਗਏ ਮੁਸਾਫਰ ਉੱਤੇ ਭੱਜ ਭੱਜ ਕੇ, ਜਿਹਨੂੰ ਜਿਹਨੂੰ ਮੌਤ ਨੇ ਲਿਆਂਦਾ ਸੱਦ ਕੇ। 10:35 ਦੇ ਮਿਲੀਆਂ ਗੱਡੀ ਨੂੰ ਰਵਾਨੀਆਂ, ਘੜੀ ਤੱਕ ਪੇਸ਼ ਆਣੀਆਂ ਹੈਰਾਨੀਆਂ। ਲਾਹੌਰੋਂ ਚੱਲ ਗੱਡੀ ਰਾਹ ਪਿੰਡ ਠਹਿਰਦੀ, ਨੇੜੇ ਨੇੜੇ ਆਉਂਦੀ ਜਾਵੇ ਘੜੀ ਕਹਿਰਦੀ, ਕੋਈ ਆਖੇ ਸਮਤਾਂ ਜਾਮਣਾ, 12:30 ਵਜੇ ਸਾਨੂੰ ਇਸ ਨੇ ਪਹਿਚਾਣਨਾ। ਹੋਣੀ ਆਖੇ ਨਾ ਗੈਂਬਰੋ ਨੀ ਲੰਘਣਾ, ਇੱਕ ਦੂਜੀ ਕਰੋ ਵੇ ਮਾਣ ਮੰਗਣਾ। ਹੋਣੀ ਆਖੇ ਛੇਤੀ ਛੇਤੀ ਚੱਲ ਗੱਡੀਏ, ਰੰਦੀ ਤਕਦੀਰ ਦਾ ਨਤੀਜਾ ਕੱਢੀਏ, ਏਡੀਆਂ ਸਪੀਟਾਂ ਤੇਰੀਆਂ ਨੀ ਰਹਿਣੀਆਂ, ਇੱਥੇ ਇੱਕ ਪਲ ਵਿੱਚ ਫੁਕਾਰਾਂ ਪੈਣੀਆਂ। ਹਾਲ ਕੀ ਸੁਣਾਵਾਂ ਮੈਂ ਕਰਾਚੀ ਮੇਲ ਦਾ, ਦੂਰੇ ਆਵੇ ਸ਼ੂਖ ਦੀ ਡਾਂਗ ਪੇਲ ਦਾ, ਹੁੰਦਾ ਮਲੂਮ ਪੱਟੀਆਂ ਦੀ ਧਰਤੀ, ਮੰਦੀ ਤਕਦੀਰ ਸਿਰਾਂ ਉੱਤੇ ਵਰਤੀ। ਹੋਣੀ ਆਖੇ ਛੇਤੀ ਚੱਲ ਗੱਡੀਏ, ਮੰਦੀ ਤਕਦੀਰ ਦਾ ਨਤੀਜਾ ਕੱਢੀਏ, ਰਾਏ ਵਿੰਡੋ ਚੱਲ ਕੇ ਉਕਾੜਿਆ ਆਉਂਦੀ, ਪੱਤੋ ਵਿੱਚ ਝਲਕਾ ਦਾ ਖਾਣ ਦੀ, ਉਕਾੜਿਆ ਕੇ ਖਾੜ ਗਈ ਕਰਾਚੀ ਮੇਲ ਸੀ, ਇੱਥੇ ਦੀ ਹੋਣੀ ਸਕੀਮ ਫੇਰ ਸੀ, ਉਕਾੜੇ ਵਾਲੇ ਸਟੇਸ਼ਨ 'ਤੇ ਡਾਕ ਖੜ ਗਈ, ਆਮ ਖਾਸ ਉਤਰੇ ਅਤੇ ਹੋਰ ਚੜ ਗਈ। ਗੈਂਬਰ ਸਟੇਸ਼ਨ ਉਕਾੜੇ ਨਾਲ ਸੀ, ਇਸ ਗੱਲ ਦਾ ਨਾ ਕਿਸੇ ਨੂੰ ਖਿਆਲ ਸੀ, ਸਾਡੇ ਨਾਲ ਉੱਥੇ ਹਾਲਸਾ ਕੀ ਹੋਣਾ, ਲੱਤਾਂ ਬਾਹੀਂ ਟੁੱਟ ਕੇ ਅਤੇ ਖੂਨ ਚੋਣਾ। ਤਾਰ ਦਿੱਤੀ ਬਾਬੂ ਮੁਹੰਮਦ ਹੁਸੈਨ ਨੂੰ, ਚੱਲ ਪਿਓ ਡਾਕ ਕਰ ਲੈ ਸਾਹ ਲੈਣ ਨੂੰ। ਅੱਗੇ ਉੱਥੇ ਗੱਡੀ ਆਈ ਹੋਈ ਮਾਲ ਸੀ, ਖਲੀ ਪਲੇਟਫਾਰਮ ਦੇ ਨਾਲ ਸੀ, ਕਹਿੰਦਾ ਖਾਂਟ ਵਾਲਾ ਮੁਹੰਮਦ ਸਾਖ ਨੂੰ, ਮਾਲ ਗੱਡੀ ਖੜੀ ਲੈ ਲਗਾ ਦੇ ਡਾਕ ਨੂੰ। ਅੱਖਾਂ ਵਿੱਚ ਖੁਮਾਰੀਆਂ ਨੇ ਉਸ ਗੱਡੀਆਂ, ਡਾਊਨ ਕਾਰ ਸੰਗਲ ਲਗਾਉਂਦਾ ਗੱਡੀਆਂ। ਬਾਬੂ ਸਾਹਣੇ ਸਾਰਿਆਂ ਦੀ ਮੱਤ ਮਾਰੀ ਗਈ, ਮਾਲ ਗੱਡੀ ਜਿਹੜੀ ਲੈਣ 'ਤੇ ਖਿਲਾਰੀ ਗਈ, ਉਸ ਲੈਣ ਛਾਣ ਪਿਆ ਲਗਾਉਂਦਾ ਡਾਕ ਨੂੰ, ਹੱਥੀ ਲੱਗਾ ਆਪਣੇ ਉਡਾਉਣ ਖਾਕ ਨੂੰ। ਸੰਗਲਾਂ ਦੇ ਗੋਡ ਗੱਡੀ ਆਈ ਚੱਲ ਕੇ, ਦੂਜੀ ਗੱਡੀ ਖੜੀ ਅੱਗੇ ਲੈਣ ਮੱਲ 'ਤੇ, ਆਖਿਆ ਡਰਾਈਵਰ ਨੇ ਫੋਰਮੈਨ ਨੂੰ, ਗੱਡੀ ਅੱਗੇ ਖੜੀ ਹੈ ਮੈਂ ਡਿੱਠਾ ਲੈਣ ਨੂੰ। ਇੰਜਣ ਸਪੀਡਾਂ ਉੱਚੀਆਂ 'ਤੇ ਜਾ ਰਿਹਾ, ਬੰਨ ਕੇ ਬ੍ਰੇਕਾਂ ਜਾਵੇ ਨਾ ਖਿਲਾ ਰਿਹਾ, ਹੋ ਗਿਆ ਮਲੂਮ ਗੱਡੀ ਨਾਲ ਠੁੱਕਦੀ, ਇਹ ਕਿਸੇ ਸੂਰਤ ਵੀ ਨਹੀਂ ਰੁਕਦੀ। ਇੰਜਣ ਸੀ ਦੋਵੇਂ ਬੜੇ ਮੇਲ ਦੇ, ਉਦੋਂ ਦੀ ਸਾਹਮਣੀਆਂ ਹੋਈਆਂ ਗੱਡੀਆਂ, ਹੱਥੋਂ ਦੇ ਜ਼ਿੰਦਗੀ ਦੀਆਂ ਡੋਰਾਂ ਛੱਡੀਆਂ, ਜ਼ਿੰਦਗੀ ਦੀਆਂ ਡੋਰਾਂ ਜ਼ਮੀਨ 'ਤੇ ਜਾ ਪਈਆਂ, ਮੌਤ ਦੀਆਂ ਤੰਦੀਆਂ ਗਲ 'ਚ ਆ ਪਈਆਂ। ਇੰਜਣ ਦੇ ਨਾਲ ਇੰਜਣ 'ਚ ਵੱਜਿਆ ਬੱਦਲ ਵੀ, ਉਹ ਕਦੀ ਨਹੀਂ ਗੱਜਿਆ। ਇੰਜਣ 'ਚ ਦੋਵੇਂ ਬੜੇ ਮੇਲ ਦੇ, ਟੈਂਕੀਆਂ 'ਚ ਨਿਕਲੇ ਬੰਬੂਕੇ ਤੇਲ ਦੇ, ਡੁੱਲ ਪੈਟਰੋਲ ਕਸ ਜਿਮਾ ਸਿਲ ਗਈ, ਵੱਜਿਆ ਧਮਾਕਾ ਅਤੇ ਜ਼ਮੀਨ ਹਿੱਲ ਗਈ, ਟਿਊਸ਼ਨ ਕਰੇਕੋ ਤਰੇੜਾਂ ਪੈ ਗਈਆਂ, ਗਿਰ ਕੇ ਦੁਬਾਰਾ ਕੁਝ ਪੱਲੇ ਥੱਲੇ ਬਹਿ ਗਈਆਂ, ਬੇੜੀ ਵਾਕੂ ਜਿਵੇਂ ਦਾ ਥਬਕ ਡੋਲਿਆ, ਐਡਾ ਰੋਰ ਨਾਕਸ਼ੀ ਧਮਾਕਾ ਬੋਲਿਆ, ਆਦਮੀ ਮੰਜੀਆਂ 'ਤੇ ਡਿੱਗ ਪਏ ਜ਼ਮੀਨ 'ਤੇ, ਆ ਗਿਆ ਭੂਚਾਲ ਉਹਨਾਂ ਦੇ ਯਕੀਨ 'ਤੇ। ਇੱਕ ਬੋਗੀ ਬੋਗੀਆਂ ਦੇ ਉੱਤੇ ਚੜ ਗਈ, ਅੱਗ ਦੇ ਭੰਬੂਕੇ ਨਾਲ ਸੜ ਗਈ, ਦੂਜੀ ਤੀਜੀ ਚੌਥੀ ਪੰਜਵੀਂ ਦੇ ਉਹ ਹਾਲ ਸੀ, ਵੱਜ ਕੇ ਅਤੇ ਇੱਕ ਦੂਜੀ ਦੇ ਨਾਲ ਸੀ, ਆਪਸੇ ਜੀ ਬੋਗੀਆਂ ਜਿਹੜੀਆਂ ਦੂਰ ਸੀ, ਆਪਸੇ ਜੀ ਭਿੜ ਕੇ ਅਤੇ ਹੋਈਆਂ ਚੂਰ ਸੀ। ਜਿਸ ਵੇਲੇ ਨਿਕਲੇ ਭੰਬੂਕੇ ਅੱਗ ਦੇ, ਵੇਖਿਆ ਮਕਾਨਾਂ ਨਾਲ ਉੱਚੇ ਲੱਗਦੇ, ਪਾਣੀ ਪਾਇਆ ਅੱਗ ਨਾਲ ਸਮੂਰ ਬੁੱਝਦੀ, ਦੁਨੀਆ ਵਿਵਾਗ ਦਾਣਿਆਂ ਦੇ ਪੁੱਜਦੀ, ਸੋਚ ਬੋਝ ਉੱਥੇ ਨਹੀਂ ਸੀ ਆਉਂਦੀ, ਹੋਰ ਗੱਲ ਉੱਥੇ ਕਿ ਬਣਾਈ ਜਾਂਦੀ, ਨਕਸ਼ਾ ਕਿਆਮਤ ਦਾ ਆਇਆ ਸਾਹਮਣਾ, ਲੱਗੀ ਹੋਈ ਅੱਗ ਨੂੰ ਕਿਸੇ ਥਾਮਣਾ। ਇੱਕ ਫੋਰਮੈਨ ਰੱਬ ਨੇ ਬਚਾਉਣਾ ਸੀ, ਕੋਈ ਦਿਨ ਦੁਨੀਆ 'ਤੇ ਜ਼ਿੰਦਾ ਹੀ ਫਿਰਾਉਣਾ ਸੀ, ਟੁਕਨ ਰਵਾਨਗੀ ਦਾ ਲੈਣ ਵਾਸਤੇ, ਬਾਰੀ ਵਿੱਚ ਝੁਕਿਆ ਖੁਦਾ ਦੀ ਆਸ 'ਤੇ, ਵੱਜਿਆ ਧਮਾਕਾ ਬਾਹਰ ਜਾ ਪਿਆ, 15 ਫੁੱਟਾਂ ਦੇ ਮੂੰਹ ਦੇ ਬਾਹਰ ਜਾ ਪਿਆ, ਇੱਕ ਨੌਜਵਾਨ ਲੜਕੀ ਫੁਕਾਰਦੀ, ਮੈਨੂੰ ਕੱਢੋ ਟਾਈਮ ਮਾਰਦੀ, ਉਸ ਨੂੰ ਕਾਲ ਸਕਦਾ ਨਾ ਕੋਈ ਸੀ, ਬੱਲੇ ਦੇ ਵਿੱਚ ਉਹ ਦਵਾਈ ਹੋਈ ਸੀ।
ਇੱਕ ਛੋਟੀ ਬੱਚੀ ਦੀ ਸੁਣਾਵਾਂ ਗੱਲ ਮੈਂ, ਜਿਵੇਂ ਮਾਵਾਂ ਧੀਆਂ ਦੇ ਪਿਆਰ ਵਾਲਾ ਲਾਵਾਂ ਚੱਲ, ਮੈਂ ਵੱਜਿਆ ਧਮਾਕਾ, ਬੱਚੀ ਬਾਹਰ ਆ ਗਈ, ਸਾਰੇ ਰਾਤ ਇਸ ਤਰ੍ਹਾਂ ਰੋਂਦੀ ਫਿਰੀ। ਦਿਨੇ ਆ ਕੇ ਲਾਸ਼ਾਂ ਦੀਆਂ ਲਾਹ ਢੇਰੀਆਂ, ਲੜਕੀ ਵਿਚਾਰੀ ਉੱਤੇ ਪਾਵੇ ਫੇਰੀਆਂ, ਮਾਂ ਦੀ ਲਾਸ਼ ਲੜਕੀ ਸਿਆਣ ਲਈ, ਗੱਲ ਦੀ ਜੀਰੀ ਆਖਰ ਉਸਨੇ ਪਛਾਣ ਲਈ, ਗੱਲ ਨਾਲ ਬਾਹੀ ਲੱਗ ਠਾਈ ਮਾਰਦੀ, ਇੰਨੀ ਗੱਲ ਮਾਵਾਂ ਧੀਆਂ ਦੇ ਪਿਆਰ ਦੀ। ਬੰਦਾ ਆ ਗਿਆ ਸੀ ਗੱਡੀ ਵਿੱਚ ਸਾੜ ਕੇ, ਬਹਿ ਗਿਆ ਸੀ ਮੱਥੇ ਆਪਣੇ ਨੂੰ ਫੜ ਕੇ, ਪਾਣੀ ਪਾਣੀ ਉਸਨੇ ਪੁਕਾਰਿਆ, ਵੇਲਾ ਹੁੰਦੇ ਸੇ ਤੇ ਅਖੀਰੀ ਆ ਰਿਹਾ। ਝਟਕਾ ਇੱਕ ਜਣੇ ਪਾਣੀ ਫੜਾਇਆ ਸੀ, ਮੂੰਹ ਦੇ ਨਾਲ ਉਸਨੇ ਗਲਾਸ ਲਾਇਆ ਸੀ, ਮਾਰ ਕੇ ਪਟਾਕਾ ਸਾਰ ਉਹਦਾ ਫਟਿਆ, ਜਾਂਦਾ ਉਰੀ ਕਿਸੇ ਨਾਲ ਡੱਕਿਆ। ਬੰਦਿਆਂ ਦਾ ਮੁੱਲ ਬੰਦਾ ਪਾ ਨਹੀਂ ਸਕਦਾ, ਕੀਮਤ ਦਾ ਕੋਈ ਲਾ ਨਹੀਂ ਸਕਦਾ। ਰੇਲਵੇ ਦਾ ਜਿੰਨਾ ਨੁਕਸਾਨ ਹੋ ਗਿਆ, ਕਿਤਾਬ ਵਿੱਚ ਉਸਦਾ ਇਮਤਿਹਾਨ ਹੋ ਗਿਆ। ਲੱਗਿਆ ਚਿਰਾਗ ਜਿੰਨਾ ਪਲਕਾਰਾ ਆਖਦਾ, ਤੇ ਹੋ ਗਿਆ ਨੁਕਸਾਨ 35 ਲੱਖ ਦਾ।